ਵਿਧਾਨ ਸਭਾ ਦਾ ਆਜ਼ਾਦ ਏਜੰਸੀ ਸਾਡੇ ਨਾਲ ਗੱਲਬਾਤ ਕਰਨ ਦੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਰੰਧਾਵਾ ਸਾਹਿਬ ਇਲਜ਼ਾਮ ਲੱਗ ਰਹੇ ਨੇ ਕਿ ਬਹਿਸ ਨਹੀਂ ਹੋਈ ਬਲਕਿ ਜਿਹੜੀ ਹੋਣੀ ਚਾਹੀਦੀ ਉਹਨਾਂ ਨੂੰ ਤਾਂ ਮੈਂ ਉਹਨਾਂ ਦੀ ਤਸੱਲੀ ਕਰਾ ਕੇ ਨਿਕਲੇ ਜੀ ਉਹਨਾਂ ਨੂੰ ਫਿਰ ਹੈਗੀ ਤਾਂ ਉਹਨਾਂ ਕੋਲ ਮੈਂ ਦੁਬਾਰਾ ਜਿੱਥੇ ਕਹਿੰਦੇ ਮੈਂ ਉਹਨਾਂ ਨੂੰ ਤਸੱਲੀ ਕਰਾ ਉਹਨਾਂ ਅੰਦਰ ਤੁਹਾਡੇ ਸਾਹਮਣੇ ਅਮਨ ਅਰੋੜਾ ਔਰ ਜਿਹੜੀ ਬੀਬੀ ਸਾਡੀ ਭੈਣ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਮੰਤਰੀ ਦੇ ਨਾਲ ਸਹਿਮਤ ਹਾਂ ਔਰ ਉਹਨਾਂ ਨੇ ਸਵਾਲ ਸਾਨੂੰ ਜਵਾਬ ਦਿੱਤੇ ਨੇ ਅਤੇ ਇਹ ਐਪਰੀਸ਼ੀਏਬਲ ਨੇ ਔਰ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਜਿਹੜੀ ਮੈਂ ਤਾਂ ਪੜ੍ਹਨ ਦਿੱਤੀ ਉਹਨਾਂ ਨੂੰ ਜਵਾਬ ਦਿੱਤਾ ਔਰ ਸਪੀਕਰ ਸਾਹਿਬ ਨੇ ਮੈਨੂੰ ਕਿਹਾ ਕਿ ਹੁਣ ਬਹੁਤ ਕੁਝ ਹੋਊਗਾ ਅਤੇ ਇਹਨਾਂ ਨੂੰ ਉਹਨਾਂ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਅਤੇ ਮੇਰਾ ਖਿਆਲ ਹੈ ਕਿ ਤੁਸੀਂ ਜਿਹੜੀ ਪੋਜ਼ਟਿਵ ਕਾਰਵਾਈ ਉਹਨੂੰ ਵੇਖ ਲਓ ਕਿ ਉਹਨਾਂ ਦੁਬਾਰਾ ਕੁਐਸਚਨ ਹੀ ਕੋਈ ਨਹੀਂ ਕੀਤਾ ਅਤੇ ਉਹਨਾਂ ਮੈਂ ਜਵਾਬ ਜਦੋਂ ਉਹਨਾਂ ਦੇ ਸਪਲੀਮੈਂਟਰੀ ਖਤਮ ਹੋ ਗਿਆ ਜਾਂ ਉਹਨਾਂ ਦਾ ਉਹਦੇ ਬਾਅਦ ਮੈਂ ਬਿਨਾਂ ਮਤਲਬ ਤੋਂ ਬੋਲ ਰਿਹਾ ਪੁਆਇੰਟ ਬਾਈ ਪੁਆਇੰਟ ਮੈਂ ਉਹਨਾਂ ਨੂੰ ਜਵਾਬ ਦਿੱਤੇ ਔਰ ਉਹਨਾਂ ਨੂੰ ਤਸੱਲੀ ਮੈਂ ਕਰਵਾ ਦਿੱਤੀ। ਰੰਧਾਵਾ ਸਾਹਿਬ ਅਹਿਮ ਸਵਾਲ ਹੈ ਇੱਕ 370 ਨੂੰ ਲੈ ਕੇ 370 ਜਿਹੜੀ ਆ ਕਰ ਦਿੱਤੀ ਗਈ ਡਿਮੋਲਿਸ਼ ਕਰ ਦਿੱਤੀ ਗਈ ਤੁਸੀਂ ਕਰਤਾਰਪੁਰ ਕੋਰੀਡੋਰ ਦੀ ਪੂਰੀ ਆਪਣੇ ਵੱਲੋਂ ਤਨਦੇਹੀ ਨਾਲ ਕੰਮ ਕਰ ਰਹੇ ਹੋ ਇਸ ਵਕਤ ਤੁਹਾਨੂੰ ਲੱਗਦਾ ਕਿ 370 ਦਾ ਜਿਹੜਾ ਮੇਰਾ ਨਿਕਾਲ ਕੇ ਇਹਦੇ 370 ਦਾ ਜਿਹੜੇ ਪੇਪਰ ਇੱਕ ਮੌਜੂਦ ਮੈਨੂੰ ਅਫਸੋਸ ਆ ਅਕਾਲੀ ਦਲ 'ਚ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆਟੋਨਮਸ ਸਟੇਟ ਦੀ ਗੱਲ ਕਰਦਾ ਰਿਹਾ ਵਾਧੇ ਅਧਿਕਾਰਾਂ ਦੀ ਗੱਲ ਕਰਦਾ ਰਿਹਾ ਉਹੋ ਹੀ ਪ੍ਰਕਾਸ਼ ਸਿੰਘ ਬਾਦਲ ਅੱਜ ਆਪਣੇ ਜੀਵਨ ਦੇ ਆਖਰੀ ਪੜਾਅ 'ਤੇ ਉਸੇ ਚੀਜ਼ ਦੇ ਜਿਹੜੀਆਂ ਨੇ ਅਨੰਦਪੁਰ ਦਾ ਰੈਗੂਲੇਸ਼ਨ ਜਾਂ ਹੋਰ ਜਿਹੜੀਆਂ ਚੀਜ਼ਾਂ ਮੰਗਾਂ ਕਰਦੇ ਐਮਰਜੈਂਸੀ ਦੇ ਵੇਲੇ ਜੋ ਕੀਤੀ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਬਾਹਰ ਆ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਉਹ ਸਟੇਟ ਨੂੰ ਆਟੋਨਮਸ ਚਾਹੁੰਦੇ ਨੇ ਕਿ ਜਾਂ ਜੋ ਅੱਜ ਉੱਥੇ ਜੇ ਐਂਡ ਕੇ ਜੋਇਆ ਉਹਦੇ ਬਾਰੇ ਇਹਨਾਂ ਨੂੰ ਅਕਾਲੀ ਦਲ ਨੂੰ ਜਵਾਬ ਦੇਣਾ ਚਾਹੀਦਾ ਸਿਰਫ ਆਪਣੀ ਨੌਂ ਦੀ ਸੀਟ ਬਚਾਉਣ ਲਈ ਉਹਨਾਂ ਨੇ ਬੀਜੇਪੀ ਦਾ ਸਾਥ ਦਿੱਤਾ। ਮੇਰਾ ਖਿਆਲ ਹੈ ਕਿ ਜੋ ਕੰਸਟੀਟਿਊਸ਼ਨ ਦੇ ਵਿੱਚ ਲਿਖਿਆ ਉਹਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਔਰ ਅਕਾਲੀ ਦਲ ਦਾ ਜਿਹੜਾ ਚਿਹਰਾ ਸੀ ਉਹ ਬੇਨਕਾਬ। ਇਸ ਮੰਤਰੀ ਸੁਖਜਿੰਦਰ ਰੰਧਾਵਾ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਸਾਰੀਆਂ ਜਿਹੜੇ ਸਾਥੀਆਂ ਨੂੰ ਸਵਾਲ ਕੀਤੇ ਗਏ ਉਹਨਾਂ ਦੇ ਜਵਾਬ ਦੇ ਨਾਲ ਨਾਲ 370 ਦੀ ਡਿਮੋਲਿਸ਼ ਕੀਤਾ ਗਿਆ ਜਿਸਨੂੰ ਧਾਰਾ ਨੂੰ ਉਸ 'ਤੇ ਵੀ ਆਪਾਂ ਗੱਲ ਕਰ ਦਿੱਤਾ ਕਿ ਅਕਾਲੀ ਦਲ ਕਿਤੇ ਨਾ ਕਿਤੇ ਹੁਣ ਆਪਣੇ ਹੀ ਸ਼ਾਇਦ ਜਾਲ ਦੇ ਵਿੱਚ ਫਸ ਗਏ ਕਦੇ ਅਟੋਨਮਸ ਸੂਬੇ ਦੀ ਗੱਲ ਕਰਦੇ ਸੀ ਪਰ ਹੁਣ ਜਿਹੜੇ ਹਾਲਾਤ ਅਜਿਹੇ ਨੇ ਕਿ ਉਹ ਇਸ ਮਾਮਲੇ 'ਤੇ ਕੋਈ ਵੀ ਸਪਸ਼ਟੀਕਰਨ ਨਹੀਂ ਦੇ ਸਕਦੇ। ਸਤਿ ਸ਼੍ਰੀ ਅਕਾਲ ਹਰਦੀਪ ਸਿੰਘ ਢੋਲ ਸਮੂਹ ਚੰਡੀਗੜ੍ਹ।